ਗੋਲਡੀ ਬਹੁਤ ਹੀ ਸਤਿਕਾਰਯੋਗ ਛੋਟਾ ਵੀਰ ਹੈ ਔਰ ਮੈਨੂੰ ਬੇਹੱਦ ਦੁੱਖ ਹੈ ਕਿ ਅੱਜ ਉਹਨੇ ਆਪਣਾ ਪੋਲੀਟੀਕਲ ਸੁਸਾਈਡ ਕਰ ਲਿਆ। ਬਹੁਤ ਸਾਰੇ ਗੋਲਡੀ ਦੀ ਤੋਂ ਉਮੀਦਾਂ ਸਨ ਮੇਰੇ ਵਰਗੇ ਨੌਜਵਾਨਾਂ ਨੂੰ ਔਰ ਜਿਸ ਪ੍ਰਕਾਰ ਬੇਬਾਕੀ ਦੇ ਨਾਲ ਸ਼ੇਰਾਂ ਦੇ ਵਾਂਗੂ ਦੋਵੇਂ ਮੀਆਂ ਬੀਬੀ ਦਹਾੜਦੇ ਸਨ ਬੋਲਦੇ ਸਨ, ਲੇਕਿਨ ਜੇ ਇਹਨੂੰ ਅੰਗਰੇਜ਼ੀ 'ਚ ਕਿਹਾ ਜਾਵੇ ਤਾਂ ਇਟਸ ਅ ਪੋਲੀਟੀਕਲ ਸੁਸਾਈਡ, ਯਾਨੀ ਕਿ ਰਾਜਨੀਤਿਕ ਆਤਮ ਹੱਤਿਆ ਦਲਵੀਰ ਗੋਲਡੀ ਨੇ ਕੀਤੀ ਹੈ। ਦੇਖੋ ਮੈਨੂੰ ਨਹੀਂ ਪਤਾ ਕਿ ਉਹਦੇ ਮਨ ਦੇ ਵਿੱਚ, ਕਿਉਂਕਿ ਮੈਂ ਕਿਸੇ ਦੇ ਮਨ ਦੇ ਵਿੱਚ ਕੀ ਹੈ ਇਹ ਅਕਸਰ ਹੀ ਜਿਹੜੇ ਆ ਪੋਲੀਟੀਸ਼ੀਅਨ ਅਤੇ ਮੀਡੀਆ ਵਾਲੇ ਅਕਾਸਰੇ ਲਾ ਦਿੰਦੇ ਹੈ। ਮੈਨੂੰ ਨਹੀਂ ਪਤਾ ਉਹ ਡਰ ਹੈ ਜਾਂ ਨਹੀਂ ਹੈ, ਲੇਕਿਨ ਮੈਂ ਤੁਹਾਨੂੰ ਵਾਰ ਵਾਰ ਇੱਕ ਹੀ ਗੱਲ ਕਹਿ ਰਿਹਾ ਕਿ ਟਿਕਟ ਨਾ ਮਿਲਣ 'ਤੇ ਪਾਰਟੀ ਕੋਈ ਹੋਰ ਜੁਆਇਨ ਕਰ ਲੈਣੀ, ਕਿਉਂਕਿ ਤੁਹਾਨੂੰ ਆਲਰੇਡੀ ਟਿਕਟ ਮਿਲੀ, ਤੁਸੀਂ ਇੱਕ ਹਲਕੇ ਦੀ ਨੁਮਾਇੰਦਗੀ ਕਰ ਰਹੇ ਹੋ, ਤੁਹਾਨੂੰ MLA ਬਣਾਇਆ, ਪ੍ਰਿਯੰਕਾ ਗਾਂਧੀ ਜੀ ਤੁਹਾਡੇ ਦੂਸਰੇ ਚੁਣਾਵ ਦੇ ਵਿੱਚ ਆਏ ਔਰ ਪਹਿਲਾ ਚੁਣਾਵ ਇੱਕ ਤੁਸੀਂ ਦੇਖੋ ਕਿ ਇੱਕ ਆਮ ਵਿਅਕਤੀ ਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ ਇੱਕ ਟਿਕਟ ਲੈਣ ਵਾਸਤੇ। ਨੌਜਵਾਨ ਬੱਚਾ ਜਿਹਦਾ ਬਾਪ ਇੰਸਪੈਕਟਰ ਨੌਕਰੀ ਕਰਦਾ ਹੋਵੇ ਛੋਟੀ ਜੀ, ਔਰ ਜਿਹੜਾ ਕਾਲਜ 'ਚ ਹੋਵੇ ਉਹਨੂੰ ਚੱਕ ਕੇ MLA ਬਣਾਉਣਾ, ਇਹ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਦੇਣ ਹੈ, ਇਹਨੂੰ ਨਕਾਰਿਆ ਨਹੀਂ ਜਾਂਦਾ ਜਾ ਸਕਦਾ। ਅੱਜ ਇਸ ਕਾਬਲ ਕਿਹਨੇ ਬਣਾਇਆ? ਇਸ ਕਾਬਲ ਕਾਂਗਰਸ ਪਾਰਟੀ ਨੇ ਬਣਾਇਆ। ਨੋਨ ਪੋਲੀਟੀਕਲ ਫੈਮਿਲੀ ਤੋਂ ਬੱਚੇ ਨੂੰ ਚੱਕ ਕੇ MLA ਬਣਾ ਕੇ ਦੋ ਵਾਰ ਟਿਕਟ ਦੇ ਕੇ ਇੱਕ ਵਾਰੀ ਪਾਰਲੀਮੈਂਟ ਦੀ ਟਿਕਟ ਦਿੱਤੀ। ਅਸੀਂ 117 ਲੋਕ ਹੈ ਜਿਹੜੇ ਚੁਣਾਵ ਲੜਦੇ ਹਾਂ MLA ਦਾ, ਅਸੀਂ ਕੇਵਲ 13 ਲੋਕ ਹੈ ਜਿਹੜੇ ਮੈਂਬਰ ਆਫ ਪਾਰਲੀਮੈਂਟ ਦਾ ਚੁਣਾਵ ਲੜਦੇ ਹਾਂ, ਲੇਕਿਨ ਲੱਖਾਂ ਦੀ ਤਾਦਾਦ ਦੇ ਵਿੱਚ ਕਾਂਗਰਸ ਦਾ ਵੋਟਰ ਸਾਨੂੰ ਵੋਟਾਂ ਪਾਉਂਦਾ ਹੈ, ਜਿਨ੍ਹਾਂ ਦੀਆਂ 60-60 ਸਾਲਾਂ ਦੀਆਂ ਖੁਆਇਸ਼ ਹੈਗੀ ਹੈ ਕਿ ਮੈਨੂੰ ਟਿਕਟ ਮਿਲ ਜਾਏ ਇੱਕ ਵਾਰੀ ਪਾਰਟੀ, ਮੈਂ ਇੱਕ ਵਾਰੀ MLA ਬਣ ਜਾ। ਅਲਟੀਮੇਟਲੀ ਇਹ ਕੋਈ ਕਿਸੇ ਦਾ ਮੂਲ ਅਧਿਕਾਰ ਥੋੜੀ ਹੈ, ਇਹ ਮੇਰੇ ਕੋਈ ਜਨਮ ਅਧਿਕਾਰ ਥੋੜੀ ਹੈ ਕਿ ਮੈਂ 13 ਕਰੋੜ ਲੋਕਾਂ ਨੂੰ ਰਾਜਾ ਵੜਿੰਗ ਰੀਪ੍ਰੈਜੈਂਟ ਕਰੇਗਾ ਜਾਂ 12 ਲੱਖ ਸੰਗਰੂਰ ਦੇ ਵੋਟਾਂ ਨੂੰ ਗੋਲਡੀ ਕਰੇਗਾ। ਇਹ ਮੂਲ ਅਧਿਕਾਰ ਨਹੀਂ ਹੈ। ਕਾਂਗਰਸ ਪਾਰਟੀ ਨੇ ਬਹੁਤ ਕੁਛ ਦਿੱਤਾ, ਉਹਨਾਂ ਨੂੰ ਵੇਖੋ ਜਿਨ੍ਹਾਂ ਦਾ ਜਿਹੜਾ ਸਰੀਰ ਆ ਉਹ ਘਸ ਗਿਆ ਕੁੜਤੇ ਪਜਾਮੇ ਪਾ ਕੇ, ਜਿਨ੍ਹਾਂ ਨੇ ਗੋਲਡੀ ਤੋਂ ਵੱਧ ਸੰਘਰਸ਼ ਕੀਤਾ। ਧੂਰੀ ਦੇ ਵਿੱਚ ਐਸੇ ਹਿੰਦੂ ਲੀਡਰ, ਐਸੇ ਸਿੱਖ ਲੀਡਰ ਹੈ ਜਿਨ੍ਹਾਂ ਨੇ ਗੋਲਡੀ ਤੋਂ ਵੱਧ ਸੰਘਰਸ਼ ਕੀਤਾ ਔਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ। ਕਾਂਗਰਸ ਗੋਲਡੀ ਤਾਂ ਕੇਵਲ 10 ਸਾਲਾਂ ਦੀ ਰਾਜਨੀਤੀ 'ਚ ਆਇਆ ਨਾ, ਉਸ ਤੋਂ ਪਹਿਲਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਕੋਈ ਮੂਲ ਅਧਿਕਾਰ ਨਹੀਂ ਹੈ। ਜਾਣ ਵੇਲੇ ਮੈਂ ਹਰ ਪੋਲੀਟੀਸ਼ੀਅਨ ਨੂੰ ਕਹਿਣਾ ਕਿ ਹਰ ਵਿਅਕਤੀ ਦਾ ਹੱਕ ਹੈ, ਜਦੋਂ ਉਹਦਾ ਦਿਲ ਕਰਦਾ ਉਹ ਪਾਰਟੀ ਛੱਡ ਕੇ ਜਾ ਰਿਹਾ ਜਾਂ ਕਿਸੇ ਹੋਰ ਪਾਰਟੀ ਤੋਂ ਓਪਰਚੁਨਿਟੀ ਅਵੇਲ ਕਰਦਾ, ਮੌਕਾ ਪ੍ਰਸਤੀ ਕਿ ਮੈਨੂੰ ਕੁਝ ਮਿਲ ਜਾਏਗਾ, ਮੇਰਾ ਸਿਸਟਮ ਚੱਲ ਜਾਏਗਾ, ਜਾਓ, ਕੋਈ ਦਿੱਕਤ ਨਹੀਂ ਹੈ। ਲੇਕਿਨ ਇਲਜ਼ਾਮਤ ਨਾ ਲਾਓ ਉਸ ਕਾਂਗਰਸ ਪਾਰਟੀ ਦੇ ਜਿਸ ਪਾਰਟੀ ਨੇ ਤੁਹਾਨੂੰ ਅੱਜ ਭਗਵੰਤ ਮਾਨ ਜੀ ਦੇ ਬਰਾਬਰ ਬਹਿਣ ਦਾ ਮੌਕਾ ਦਿੱਤਾ। ਨਹੀਂ ਤੁਸੀਂ ਭਗਵੰਤ ਮਾਨ ਨੇ ਤੁਹਾਡੀ ਢੂਹੀ ਨਹੀਂ ਮਾਰਨੀ ਸੀ, ਤੁਹਾਡੇ ਨਾਲ ਮੁੱਖ ਮੰਤਰੀ ਬਹਿ ਕੇ ਪ੍ਰੈਸ ਕਾਨਫਰੰਸ ਨਹੀਂ ਕਰਵਾਉਣੀ ਸੀ। ਅਗਰ ਤੁਹਾਨੂੰ MLA ਤੁਸੀਂ ਨਾ ਬਣਦੇ ਤਾਂ ਤੁਹਾਨੂੰ ਭਗਵੰਤ ਮਾਨ ਜੀ ਨੇ ਤੁਹਾਨੂੰ ਬਿਲਕੁਲ ਪੁੱਛਣਾ ਨਹੀਂ ਸੀਗਾ। ਸੋ ਇਲਜ਼ਾਮ ਨਾ ਲਾਓ, ਤੁਸੀਂ ਇਹ ਕਹੋ ਮੇਰਾ ਮਨ ਕੀਤਾ, ਮੈਨੂੰ ਅੱਗੇ ਓਪਰਚੁਨਿਟੀ ਵੇਖਦੀ ਹੈ, ਮੈਂ ਕਾਂਗਰਸ ਪਾਰਟੀ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ,
ਹੁਣ ਮੈਂ ਆਪਦਾ ਰਾਜਨੀਤਿਕ ਜੀਵਨ ਗੋਲਡੀ ਕਹਿ ਰਿਹਾ ਕਿ ਇੱਕ ਦੋ ਦਿਨ ਖੜਜੋ, ਮੈਂ ਹੋਰ ਇੱਧਰ ਖੁਲਾਸੇ ਕਰਾਂਗਾ ਕਿ ਇਹਨਾਂ ਨੇ ਕਿਸ ਤਰ੍ਹਾਂ ਦੀ ਚੀਜ਼ਾਂ ਕੀਤੀ ਕਾਂਗਰਸ ਨੇ। ਦੇਖੋ ਗੋਲਡੀ ਜੀ, ਮੈਂ ਫਿਰ ਕਿਹਾ ਮੇਰਾ ਛੋਟਾ ਭਰਾ ਹੈ, ਮੇਰੇ ਨਾਲ ਉਹਦਾ ਬਹੁਤ ਅੱਛਾ ਸੰਬੰਧ ਰਿਹਾ, ਉਹਨਾਂ ਦੀ ਧਰਪਤਨੀ ਸਾਡੀ ਛੋਟੀ ਭੈਣ ਹੈ। ਮੈਂ ਗੋਲਡੀ ਨੂੰ ਇਹ ਬੇਨਤੀ ਕਰਾਂਗਾ ਕਿ ਅਕਸਰ ਪੋਲੀਟੀਸ਼ੀਅਨ ਮੇਰੇ ਕੋਲ ਕੋਈ ਵਿਅਕਤੀ ਆਉਂਦਾ ਟਿਕਟ ਮੰਗਣ ਵਾਸਤੇ ਜਾਂ ਕਾਂਗਰਸ ਦੀ ਲੀਡਰਸ਼ਿਪ ਕੋਲ ਜਾਂਦਾ ਟਿਕਟ ਮੰਗਣ ਵਾਸਤੇ, ਸੁਣੋ ਸਾਰੇ ਜਾਣੇ, ਮੈਂ ਬਤੌਰ ਪ੍ਰਧਾਨ ਜਾਂ CLP ਲੀਡਰ ਹਰ ਵਿਅਕਤੀ ਨੂੰ ਕੀ ਕਹੂੰਗਾ? ਉਹ ਕਹਿੰਦਾ ਮੈਂ ਟਿਕਟ ਲੈਣੀ ਹੈ। ਮੈਂ ਕੀ ਕਹੂੰਗਾ ਕਿ ਬਾਹਰ ਹੋ ਜਾ, ਤੇਰੀ ਟਿਕਟ ਨਹੀਂ ਬਣਦੀ ਨਾ? ਮੈਂ ਕਹੂੰਗਾ ਕਿ ਠੀਕ ਹੈ, ਆਪਾਂ ਤੇਰੇ ਵਾਸਤੇ ਟਰਾਈ ਕਰਾਂਗੇ, ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਨੂੰ ਟਿਕਟ ਦਿਵਾਉਣ ਦੀ, ਕਿਉਂਕਿ ਟਿਕਟ ਲੈਣ ਵਾਲੇ ਬਹੁਤ ਜ਼ਿਆਦਾ ਹੈ, ਟਿਕਟਾਂ ਥੋੜ੍ਹੀਆਂ, ਇੱਦਾਂ ਹੀ ਸਾਰੀ ਪਾਰਟੀ 'ਚ ਹੁੰਦਾ, ਇਹ ਕਿਹੜਾ ਇਲਜ਼ਾਮ ਹੈ? ਸੋ ਮੇਰੇ ਕਹਿਣ ਦਾ ਮਤਲਬ ਇਹ ਛੋਟੀਆਂ ਗੱਲਾਂ, ਹੁਣ ਮੈਂ ਗੋਲਡੀ ਨੂੰ ਤੁਹਾਡੇ ਰਾਹੀਂ ਰਾਏ ਦੇਣੀ ਚਾਹੁੰਦਾ ਕਿ ਗੋਲਡੀ ਵੀਰ, ਤੇਰਾ ਰਾਜਨੀਤਿਕ ਸਫ਼ਰ, ਤੇਰੀ ਲੰਮੀ ਉਮਰ ਹੈ, ਪਰਮਾਤਮਾ ਤੈਨੂੰ ਕਾਮਯਾਬੀ ਬਖਸ਼ੇ। ਅਗਲੀ ਪਾਰਟੀ 'ਚ ਇਹ ਨਾ ਹੋਵੇ ਕਿ ਸਾਲ ਕੁ ਬਾਅਦ ਤੁਸੀਂ ਕਹੋ ਵੀ ਇਹ ਪਾਰਟੀ ਬਹੁਤ ਮਾੜੀ ਸੀ, ਹੁਣ ਮੈਂ ਅਗਲੀ ਪਾਰਟੀ 'ਚ ਚੱਲੇ। ਸੋ ਕਾਮਯਾਬੀ ਬਖਸ਼ੇ, ਤੁਸੀਂ ਆਪਦਾ ਰਾਜਨੀਤਿਕ ਪਾਰੀ ਦੀ ਨਵੀਂ ਸ਼ੁਰੂਆਤ ਕੀਤੀ ਹੈ, ਪਰ ਇਹ ਜਿਹੜਾ ਨਾ ਮੇਨੋ ਮੇਨੀ, ਉਹਨੂੰ ਮੈਂ ਦੱਸਾਂਗਾ, ਮੈਂ ਉਹ ਦੱਸਾਂਗਾ, ਇਹ ਕੋਈ ਗੱਲਬਾਤ ਨਹੀਂ। ਪਹਿਲਾਂ ਤੁਸੀਂ ਭਗਵੰਤ ਮਾਨ ਜੀ ਨੂੰ ਦੱਸਦੇ ਰਹੇ ਹੋ, ਹੁਣ ਤੱਕ 2 ਸਾਲ ਉਹਨਾਂ ਨੂੰ ਤੁਸੀਂ ਦੱਸਿਆ, ਅੱਜ ਤੁਸੀਂ ਕਹਿੰਦੇ ਹੁਣ ਮੈਂ ਕਾਂਗਰਸ ਨੂੰ ਦੱਸਾਂਗਾ। ਛੋਟੇ ਵੀਰ, ਇਹ ਗੱਲ ਚੰਗੀ ਨਹੀਂ ਲੱਗਦੀ, ਔਰ ਕਈ ਵਾਰੀ ਮੂੰਹ ਚੋਂ ਨਿਕਲੇ ਸ਼ਬਦ ਮੁੜ ਵਾਪਸ ਨਹੀਂ ਆਉਂਦੇ। ਗੋਲਡੀ ਦੇ ਜਾਣ ਨਾਲ ਕਿੱਡਾ ਵੱਡਾ ਨੁਕਸਾਨ ਜਿਹੜਾ ਕਾਂਗਰਸ ਹੋ ਸਕਦਾ? ਗੋਲਡੀ ਗਏ ਕਿ ਪਿੰਡਾਂ ਦੇ ਸਰਪੰਚ ਵੀ ਗਏ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਸਰਪੰਚ ਵੀ ਗਏ ਨੇ? ਕਿੰਨੇ ਸਰਪੰਚ, ਕਿੰਨੇ ਸਰਪੰਚ ਤੁਸੀਂ ਦੇਖੇ ਨੇ? ਇਹ ਹਾਈ ਪ੍ਰੋਬਲਮ ਹੈ ਮੀਡੀਆ, ਮੀਡੀਆ ਹਾਊਸੇ ਨਾ, ਗਲਤ ਗੱਲ ਨਾ ਕਰੋ, ਇੱਕ ਵੀ ਸਰਪੰਚ ਹਜੇ ਤੱਕ ਨਹੀਂ ਗਿਆ, ਮਾਰਕੀਟ ਕਮੇਟੀ ਦਾ ਕੋਈ ਚੇਅਰਮੈਨ ਨਹੀਂ ਗਿਆ, ਮਿਊਂਸੀਪਲ ਕਮੇਟੀ ਦਾ ਕੋਈ ਪ੍ਰਧਾਨ ਨਹੀਂ ਗਿਆ, ਜ਼ਿਲ੍ਹਾ ਪਰਿਸ਼ਦ ਦਾ ਕੋਈ ਮੈਂਬਰ ਨਹੀਂ ਗਿਆ, ਯੂਥ ਕਾਂਗਰਸ ਦਾ ਕੋਈ ਪ੍ਰਧਾਨ ਨਹੀਂ ਗਿਆ, NSUI ਦਾ ਪ੍ਰਧਾਨ ਨਹੀਂ ਗਿਆ। ਤੁਸੀਂ ਮੈਨੂੰ ਦੱਸ ਦਿਓ ਵੀ 5,000 ਬੰਦੇ ਨਾਲ ਸ਼ਮੂਲੀਅਤ ਕਰਤੀ ਹੋਵੇ, ਇਕੱਲੇ ਕਹਿ ਰਹੇ ਠੀਕ ਹੈ ਕੰਮ? ਮੈਨੂੰ ਲੱਗਦਾ ਕਿ ਇਹ ਉਹੀ ਹੈ, ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਕੁਝ ਨਾ ਕੁਝ ਕਹਿ ਦਿੰਦੇ ਸੀ ਗੋਲਡੀ ਬਾਰੇ, ਅੱਜ ਦੋਨੋਂ ਇਕੱਠੇ ਹੈ, ਔਰ ਗੋਲਡੀ ਜੀ ਦੀਆਂ ਆਪਦੀਆਂ ਵੀਡੀਓਜ਼ ਆਈਆਂ, ਗੋਲਡੀ ਜੀ ਨੇ ਕਿਹਾ ਕਿ ਦੇਖੋ ਬਈ, ਕੁਝ ਲੋਕ ਐਸੇ ਹੁੰਦੇ ਆ ਜਿਹੜੇ ਸਾਰੀਆਂ ਪਾਰਟੀਆਂ 'ਚ ਹੀ ਆਪਦਾ ਅਸਰ ਸੂਕ ਰੱਖਦੇ ਆ। ਹੁਣ ਗਲਤ, ਮੈਂ ਤੁਹਾਨੂੰ ਕਹਿਤਾ ਕਿ ਇਹ ਪੋਲੀਟੀਕਲ ਆਤਮ ਹੱਤਿਆ ਕਰ ਲਈ ਮੇਰੇ ਛੋਟੇ ਭਰਾ ਨੇ, ਪਰ ਮੈਨੂੰ ਸੱਚੇ ਪਾਤਸ਼ਾਹ ਉਹਨੂੰ ਕੱਢ ਕੇ ਲੈ ਜੇ, ਉਹ ਮੈਂ ਸਮਝਦਾ ਕਿ ਵੱਡਾ ਲੀਡਰ ਬਣੇ ਪੰਜਾਬ ਦਾ, ਮੈਂ ਤਾਂ ਇਹ ਕਾਮਨਾ ਕਰਾਂਗਾ, ਪਰ ਗਲਤੀ ਬਹੁਤ ਵੱਡੀ ਹੈ। ਇੱਕ ਵੀ ਵਿਅਕਤੀ, ਅਗਰ ਤੁਸੀਂ 10 ਸਾਲ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਹੋ ਤਾਂ ਤੁਹਾਡੇ ਨਾਲ ਨਾ ਜਾਵੇ, ਇਹ ਤੁਹਾਡਾ ਰਾਜਨੀਤਿਕ ਆਤਮ ਹੱਤਿਆ ਹੈ।